सत श्रीकाल दोस्तों, मैं हाँ थोड़ा अपना बलराज। सो दोस्तों, अज मैं चंडीगढ़ के मेरा नवा गाना आया जी, किन्ना प्यार, वो प्रमोशन के लिए जिथे पुजे हाँ। सो इस चैनल के जरिए अज मैं थोड़े रूबरू हो जा रहा। सो थैंक्स इन्हों का कि अपना कीमती समा मैं दे रहा जी। बलराज जी, कदों जर्नी शुरू हुई सी? बहुत ही प्यारे गाने आए हैं थोड़े, पहला स्टार्टिंग हुई सी जब थोड़े कैरियर दी जी। उन्हां चों एक गाना मैनूं अज भी याद है, एक गल अखां दिलदारा वे जी, मर्जी नहीं जी। भाजी 2006 च मेरी स्टार्टिंग हुई सी, मेरा पहला गाना सी मर्जी नहीं चलदी साढ़े पिंड विच तियां दी। उस गाने तो वो दौर शुरू होया। सो अज 2017 दे विच आ गए जी, घट्टो घट 11-12 साल हो गए। सो सफ़र बहुत वधिया रहा, थैंक्स है जी, सारिया का प्यार मिल रहा, तो बड़ी मेहरबानी है जी। भाजी लगातार सिंगल ट्रैक 2-3 होर रेडी आ, कोशिश यही है कि लगातार ये ट्रैक इस तरह करते रहेंगे। एक एल्बम है फोक, ओनली फॉर फोक, वो करा। मर्जी नहीं चल रही जी जी। चलो मैं उतो स्टार्ट करदा, मेरी जिंदगी की शुरुआत उस गाने तो हुई। एक गल आखां दिलदारा वे, भावें लगदा सानू प्यारा वे, बस दुआ सलाम ही काफी है, ना कच्चियां नीहां दी हो मर्जी नहीं हो चल दी वे साडे पिंड विच तियां दी। ਮੈਲੋਡੀ ਖਤਮ ਹੁੰਦੀ ਜਾ ਰਹੀ ਹੈ, ਇਹ ਵਾਲੇ ਜਿਹੜੇ ਗਾਣੇ ਸੀ ਤੁਹਾਡੇ ਗਾਣੇ 2006 ਦੇ ਵਿੱਚ ਜਦੋਂ ਚੱਲਦੇ ਹੁੰਦੇ ਸੀਗੇ, ਬਹੁਤ ਸੌਫਟ 뮤직 ਚੱਲਦਾ ਸੀਗਾ, ਸੁਪਰ ਕੋਟੀ ਜੀ ਦਾ ਜੀ, ਤੁਹਾਡਾ, ਇਹਨਾਂ ਦੇ ਗਾਣੇ ਚੱਲਦੇ ਸੀਗੇ। ਅੱਜ ਕੱਲ ਕਿਉਂ ਗਾਣਿਆਂ ਦਾ ਕੋਈ ਅਰਥ ਨਹੀਂ ਰਿਹਾ? ਭਾਜੀ ਸਮਾਂ ਬਹੁਤ ਚੇਂਜ ਹੋ ਗਿਆ, ਗਾਣਿਆਂ ਦੀ ਲਿਖਣ ਦੀ ਸ਼ੈਲੀ, ਲਿਖਣ ਦਾ ਸਟਾਈਲ ਬਦਲ ਗਿਆ, ਗਾਉਣ ਦਾ ਸਟਾਈਲ ਬਦਲ ਗਿਆ, 뮤직 ਦਾ ਸਟਾਈਲ ਬਦਲ ਗਿਆ। ਬਟ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਇਹੋ ਜਿਹਾ ਮੈਟਰ ਗਾਈਏ ਜਿਸ ਮੈਟਰ ਦੇ ਨਾਲ ਕਮ ਸੇ ਕਮ ਮੈਂ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਖਿਲਵਾੜ ਨਾ ਕਰ ਸਕਾਂ, ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਮੈਂ ਕੰਮ ਕੀਤਾ ਅਤੇ ਕੋਸ਼ਿਸ਼ ਕਰੀ ਦੀ। ਹੁਣ ਵੀ ਜੇ 뮤직 ਦੇ ਵਿੱਚ ਨਵੇਕਲਾਪਨ ਆਇਆ, ਪਰ ਮੈਂ ਸ਼ਾਇਰੀ ਪੱਖੋਂ ਗਾਣਾ ਇੰਨਾ ਮਾੜਾ ਨਹੀਂ ਕਦੇ ਰੱਖਿਆ ਕਿ ਜਿਸ ਗਾਣੇ ਨੂੰ ਲੈ ਕੇ ਮੈਂ ਆਪਣੇ ਘਰਦਿਆਂ ਦੇ ਵਿੱਚ ਜਾਂ ਲੋਕਾਂ ਦੀ ਕਚਹਿਰੀ 'ਚ ਖਰਾ ਨਾ ਉਤਰ ਸਕਾਂ। ਤੁਹਾਡਾ ਜਿਹੜਾ ਲੇਟੈਸਟ ਟ੍ਰੈਕ ਆ ਰਿਹਾ, ਉਹ ਵੀ ਸੁਣਨਾ ਚਾਹਾਂਗੇ ਤੁਹਾਡੀ ਮਦਹੋਸ਼ ਜੀ ਕਰਨ ਵਾਲੀ ਆਵਾਜ਼ ਦੇ। ਹਾਂਜੀ, ਕਿੰਨਾ ਪਿਆਰ, ਬਿਲਕੁਲ ਜੀ, ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ। ਬਹਿਮਣ ਜਈ ਹੋ ਗਈ ਆ ਮੇਰੇ ਕਰਕੇ ਚੰਦਰੀ ਜਈ, ਗਲ ਗਲ ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਈ, ਰੱਬ ਜਾਣਦਾ ਏ ਤੂੰ ਕੀਏ ਮੇਰੇ ਲਈ, ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚਿਣਿਆ ਨਹੀਂ, ਉਹ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ, ਮੈਂ ਹੱਸ ਕੇ ਕਹਿ ਦੇਵਾਂ ਉਹ ਕਦੇ ਗਿਣਿਆ ਮਿਣਿਆ ਨਹੀਂ। ਮੈਂ ਜੀ ਦੁਆਬੇ ਦੇ ਵਿੱਚ, ਬੜਾ ਇਤਿਹਾਸਿਕ ਨਗਰ ਹੈ, ਬਿਲਗਾ ਪਿੰਡ ਹੈ, ਪੰਜਾਬ ਦਾ ਸਭ ਤੋਂ ਵੱਡਾ ਪਿੰਡ, ਉਸ ਨਗਰ ਦਾ ਰਹਿਣ ਵਾਲਾ ਹਾਂ। ਸੋ ਉੱਥੇ ਦਾ ਜੰਪਲ ਹਾਂ ਜੀ। ਬਿਲਕੁਲ ਜੀ, ਪੜ੍ਹਾਈ ਸਕੂਲ ਤੋਂ ਬਾਅਦ ਲਾਲਪੁਰ ਖਾਲਸਾ ਕਾਲਜ, ਫਿਰ ਉਸ ਤੋਂ ਬਾਅਦ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ, ਮੈਂ ਮੇਰੇ ਉਸਤਾਦ ਜੀ ਨਿਰਮਲ ਸਿੱਧੂ ਸਾਹਿਬ, ਉਸ ਤੋਂ ਬਾਅਦ ਫਿਰ ਗੁਰੂ ਜੀ ਜਨਾਬ ਚਰਨਜੀਤ ਅਹੂਜਾ ਸਾਹਿਬ, ਇਹ ਦੌਰ ਇਸੇ ਤਰ੍ਹਾਂ ਚੱਲਦਾ ਗਿਆ ਜੀ। ਨਿਊਜ਼ ਟੂਡੇ ਦੇ ਦਰਸ਼ਕਾਂ ਨੂੰ ਇਹ ਬੇਨਤੀ ਕਰ ਸਕਦੇ ਹਾਂ, ਮੈਸੇਜ ਤਾਂ ਇਹੀ ਆ ਕਿ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਬਣ ਕੇ ਰਹੋ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰੋ ਜੀ।